ਮਨੋਹਰ ਰਾਏ ਸਾਹਿਬ ਜੀ ਉਹਨਾਂ ਵੇਲੇ ਵੀ ਬੜੀਆਂ ਅਰਦਾਸਾਂ ਹੋਈਆਂ, ਸੁਰਤ ਨਾਲ ਵੀ ਹੋਈਆਂ, ਬਾਹਰ ਮੁਖੀ ਵੀ ਹੋਈਆਂ। ਕਾਬਲ ਦੀ ਧਰਤੀ ਤੇ ਬੈਠਾ ਭਾਈ ਗੋਇੰਦਾ ਉਹ ਜਪ ਦਾ ਪਾਠ ਕਰਦਾ, ਇੰਨੀ ਸੁਰਤ ਵਿੱਚ ਜਪ ਪੜਦਿਆਂ ਅਰਦਾਸ ਕਰਦਾ, ਗੁਰੂ ਹਰਗੋਬਿੰਦ ਰਾਏ ਸਾਹਿਬ ਦੇ ਚਰਨ ਪਕੜ ਲੈਂਦਾ। ਉਹ ਮਾਈ ਤਾਬੋ ਜਿਹਦੇ ਘਰ ਚ ਸਿਰਫ ਸੁੱਕਾ ਮਿੱਸਾ ਸੀ, ਅਰਦਾਸ ਕਰਦੀ ਮੇਰੇ ਘਰ ਪ੍ਰਸ਼ਾਦ ਛਕੋ, ਤੇ ਗੁਰੂ ਹਰਗੋਬਿੰਦ ਸਾਹਿਬ ਉਹਦੀ ਬੇਨਤੀ ਸੁਣ ਕੇ ਉਹਦੇ ਘਰ ਪ੍ਰਸ਼ਾਦਾ ਛਕਣ ਚਲੇ ਜਾਂਦੇ। ਇਹ ਸਿਰਫ ਵਣਗੀ ਮਾਤਰ, ਸਭ ਤੋਂ ਜ਼ਿਆਦਾ ਜ਼ੋਰ ਗੁਰੂ ਹਰਗੋਬਿੰਦ ਸਾਹਿਬ ਨੇ ਬਾਣੀ ਤੇ ਦਿੱਤਾ। ਮਹਾਰਾਜ ਨੂੰ ਇੱਕ ਦਿਨ ਸਿੱਖਾਂ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਨੂੰ, ਸੱਤਵੇਂ ਪਾਤਸ਼ਾਹ ਨੂੰ, ਕਿ ਮਹਾਰਾਜ ਜੀ ਅਸੀਂ ਬਾਣੀ ਪੜ੍ਹਨੇ ਆ, ਤੁਸੀਂ ਕਿਹਾ ਅਸੀਂ ਬਾਣੀ ਦੀ ਪੋਥੀ ਪੜ੍ਹਨੇ, ਪਰ ਸਾਨੂੰ ਸਮਝ ਕੋਈ ਨਹੀਂ ਪੈਂਦੀ ਬਾਣੀ ਚ ਕੀ ਲਿਖਿਆ, ਅਰਥਾਂ ਦੀ ਸਮਝ ਨਹੀਂ ਪੈਂਦੀ। ਕਵੀ ਸੰਤੋਖ ਸਿੰਘ ਨੇ ਲਿਖਿਆ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਰੀਤ ਨਾ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਏ ਸੋ ਹਮ ਤੇ ਨਾ ਜਾਤ ਕਮਾਏ। ਜੋ ਬਾਣੀ ਨੇ ਕਿਹਾ ਸਾਨੂੰ ਕਮਾਉਣਾ ਨਹੀਂ ਆਉਂਦਾ, ਪੜ੍ਹੀ ਜਾ ਰਹੇ ਹਾਂ ਜਪਜੀ ਸਾਹਿਬ ਅਸੀਂ ਪੜ੍ਹ ਰਹੇ, ਤੇ ਮਹਾਰਾਜ ਪਤਾ ਕੀ ਕਹਿੰਦੇ ਆ, ਕਹਿੰਦੇ ਆ ਪੜ੍ਹਨਾ ਨਹੀਂ ਛੱਡਣਾ। ਅੱਜ ਦਾ ਪ੍ਰਚਾਰਕ ਹੁੰਦਾ ਉਹਨੇ ਕਹਿ ਦੇਣਾ ਸੀ ਕੀ ਫਾਇਦਾ ਪੜ੍ਹਨ ਦਾ, ਅਗਲੇ ਨੇ ਕੱਲ ਹੀ ਤਿਆਰੀ ਕੀਤੀ ਹੁੰਦੀ ਵੀ ਫਲਾਣਾ ਪ੍ਰਚਾਰਕ ਏਡਾ ਨਾ ਹੀ ਗਲਾ ਝੂਠ ਕਹਿੰਦਾ, ਨਾਲ ਹੀ ਅਗਲਾ ਗੁਟਕਾ ਬੰਦ ਕਰ ਦਿੰਦਾ ਦੂਜੇ ਤੋਂ। ਉਹਨਾਂ ਕਹਿ ਦੀ ਸਾਨੂੰ ਅਰਥ ਨਹੀਂ ਸਮਝ ਪੈਂਦੇ, ਗੁਰੂ ਸਾਹਿਬ ਕਹਿੰਦੇ ਨਹੀਂ ਸਮਝ ਪੈਂਦੇ ਫਿਰ ਵੀ ਕਰਨਾ ਪਾਠ। ਕਹਿੰਦੇ ਇਹ ਕੀ ਮਹਾਰਾਜ, ਜਦੋਂ ਅਰਥ ਨਹੀਂ ਸਮਝ ਪੈ ਰਿਹਾ। ਗੁਰੂ ਸਾਹਿਬ ਜੀ ਹੱਸ ਪੈ, ਕਹਿਣ ਲੱਗੇ ਤੁਹਾਡਾ ਸਵਾਲ ਦਰੁਸਤ ਹੈ, ਪਰ ਇਹਦਾ ਉੱਤਰ ਠਹਿਰ ਕੇ ਦਿਆਂਗੇ। ਉਸ ਦੇਰੀ ਦੁਪਹਿਰੇ ਮੀਂਹ ਪਿਆ, ਮੀਂਹ ਪੈ ਕੇ ਹਟਿਆ, ਲੋਢੇ ਵੇਲੇ ਮਹਾਰਾਜ ਬਾਹਰ ਨਿਕਲੇ। ਕੀਰਤਪੁਰ ਸਾਹਿਬ ਦੀ ਘਟਨਾ ਹੈ ਕਿ ਇੱਕ ਸਾਡਾ ਇਤਿਹਾਸ ਹੈ, ਝਾੜੀਆਂ ਵਿੱਚ ਚਮਕਦੀ ਹੋਈ ਕੋਈ ਚੀਜ਼ ਦਿਸੀ, ਗੁਰੂ ਸਾਹਿਬ ਨੇ ਘੋੜਾ ਰੋਕ ਲਿਆ। ਪੁੱਛਦੇ ਨੇ ਸਿੱਖਾਂ ਨੂੰ ਇਹ ਝਾੜੀਆਂ ਵਿੱਚ ਚਮਕ ਕੀ ਰਿਹਾ। ਇੱਕ ਸਿੱਖ ਫਟਾਫਟ ਗਿਆ ਜੀ, ਉਹਨੇ ਕੀ ਦੇਖਿਆ, ਮਿੱਟੀ ਦੇ ਟੁੱਟੇ ਹੋਏ ਭਾਂਡੇ ਦੀ ਬੱਬਰੀ ਸੀ, ਠੀਕਰੀ। ਮਿੱਟੀ ਦਾ ਭਾਂਡਾ ਟੁੱਟ ਚੁੱਕਾ ਸੀ, ਕਿਸੇ ਘਰੋਂ ਬਾਹਰ ਸੱਟਿਆ, ਉਹ ਠੀਕਰੀ ਚਮਕੇ ਪਈ। ਸੂਰਜ ਦੀ ਰੋਸ਼ਨੀ ਨਾਲ, ਤਪਸ਼ ਨਾਲ ਉਹਦੇ ਵਿੱਚੋਂ ਘਿਓ ਬਾਹਰ ਨਿਕਲੇ ਪਿਆ, ਮਿੱਟੀ ਦੀ ਟੁੱਟੀ ਹੋਈ ਸੀ। ਮਹਾਰਾਜ ਨੇ ਹੱਥ 'ਚ ਪਕੜ ਲਈ ਤੇ ਜਿੰਨਾ ਪ੍ਰਸ਼ਨ ਕੀਤਾ ਕੁਦਰਤੀ ਤੌਰ ਤੇ ਉਹ ਵੀ ਨਾਲ। ਮਹਾਰਾਜ ਘੋੜੇ ਤੇ ਬੈਠੇ ਕਹਿੰਦੇ ਆ, ਇਹ ਮਿੱਟੀ ਦਾ ਭਾਂਡਾ ਹੈ, ਇਹਦੇ ਵਿੱਚੋਂ ਥਿੰਦਾ ਕਿਉਂ ਨਿਕਲ ਰਿਹਾ? ਭਾਂਡੇ ਤਾਂ ਹੋਰ ਵੀ ਟੁੱਟੇ ਪਏ ਨੇ, ਉਹ ਤਾਂ ਚਮਕਦੇ ਨੇ। ਅੱਗੋਂ ਉੱਤਰ ਦਿੰਦੇ ਨੇ, ਮਹਾਰਾਜ ਇਸ ਮਿੱਟੀ ਦੇ ਭਾਂਡੇ ਚ ਮੱਖਣ ਘਿਓ ਪੈਂਦਾ ਰਿਹਾ, ਜਿੰਨੀ ਦੇਰ ਤੱਕ ਇਹ ਭਾਂਡਾ ਰਿਹਾ ਚ ਘਰ ਰੋਜ਼ ਘਿਓ ਪੈਂਦਾ ਸੀ। ਤੇ ਮਹਾਰਾਜ ਕਹਿੰਦੇ ਭਾਂਡੇ ਵੀ ਤਾਂ ਜਿੰਦ ਵੀ ਕੋਈ ਨੀ, ਇਹ ਟੁੱਟ ਗਿਆ ਤੇ ਫਿਰ ਕਿਉਂ ਥੰਦਿਆ ਥਿੰਦਾ ਆ ਰਿਹਾ? ਉਹ ਅੱਗੋਂ ਉੱਤਰ ਦਿੰਦੇ ਆ, ਮਹਾਰਾਜ ਇਹ ਰੋਜ਼ ਘਿਓ ਪੈਂਦਾ ਸੀ, ਇੰਨਾ ਕੁ ਅੰਦਰ ਘਿਓ ਰਚ ਗਿਆ। ਤੇ ਮਹਾਰਾਜ ਕਹਿੰਦੇ ਭਾਂਡਾ ਵਧਿਆ ਤੇ ਕੋਈ ਨੀ, ਬੰਦਾ ਘਿਓ ਖਾਂਦਾ ਤੇ ਤਾਕਤ ਆਉਂਦੀ, ਭਾਂਡੇ ਦਾ ਆਕਾਰ ਤੇ ਉਨਾ ਹੀ ਜਿੰਨਾ ਘੁਮਾਰ ਨੇ ਬਣਾਇਆ ਸੀ, ਪਰ ਮਹਾਰਾਜ ਇਹ ਰੋਜ਼ ਘਿਓ ਪਾਣ ਕਰਕੇ ਇਹਦੇ ਮਸਾਮਾ ਵਿੱਚ ਬਿਲਕੁਲ ਘਿਓ ਰਚ ਚੁੱਕਾ ਹੈ, ਤੇ ਟੁੱਟਣ ਤੋਂ ਬਾਅਦ ਜਿਹੜਾ ਵਿੱਚ ਘਿਓ ਰਚਿਆ ਉਹ ਸੂਰਜ ਦੀ ਕਿਰਨ ਨਾਲ ਬਾਹਰ ਨਿਕਲ ਰਿਹਾ। ਮਹਾਰਾਜ ਕਹਿੰਦੇ ਭਾਂਡੇ ਨੂੰ ਪਤਾ ਸੀ ਇਹ ਘਿਓ ਹੈ? ਭਾਂਡੇ ਨੂੰ ਇਹਦੇ ਅਰਥਾਂ ਦਾ ਪਤਾ? ਕਹਿੰਦੇ ਨਹੀਂ। ਗੁਰੂ ਸਾਹਿਬ ਕਹਿੰਦੇ ਉਹ ਸਿੱਖੋ, ਜੇ ਮਿੱਟੀ ਦੇ ਭਾਂਡੇ ਚ ਰੋਜ਼ ਮੱਖਣ ਪਵੇ, ਘਿਓ ਪਵੇ, ਉਹ ਭਾਂਡੇ ਵਿੱਚ ਰਚ ਜਾਂਦਾ ਤੇ ਟੁੱਟਣ ਤੋਂ ਬਾਅਦ ਵੀ ਉਹਦੀ ਥੰਧਿਆਈ ਬਾਹਰ ਆਉਂਦੀ ਏ। ਆ ਸਰੀਰ ਭਾਂਡਾ ਹੈ, ਇਹਦੇ ਚ ਰੋਜ਼ ਗੁਰੂ ਕੀ ਬਾਣੀ ਪਾਇਓ, ਸੱਚ ਏਵੇ ਦੇ ਮਰਨ ਤੋਂ ਬਾਅਦ ਵੀ ਇਹਦੀ ਥੰਧਿਆਈ ਆਤਮਾ ਦੇ ਨਾਲ ਚੱਲ ਜਾਵੇ, ਬਾਣੀ ਨਹੀਂ ਛੱਡ ਛੱਡ। ਇਹ ਸਤਿਗੁਰਾਂ ਨੇ ਸਾਨੂੰ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਪੁਰਬ ਹੈ, ਇਹ ਉਹਨਾਂ ਨੇ ਸਾਨੂੰ ਪ੍ਰੇਰਨਾ ਦਿੱਤੀ। ਅੱਜ ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ।